ਅਸਲਾਮ ਅਲੈਕੁਮ ਦੋਸਤੋ, ਕੀ ਹਾਲ? ਉਮੀਦ ਕਰਦੇ ਕਿ ਤਮਾਮ ਦੋਸਤ ਖੈਰੀਅਤ ਨਾਲ ਹੋਣਗੇ। ਅੱਛਾ ਦੋਸਤੋ, ਬਾਜ਼ ਕਰ ਤੁਸੀਂ ਇਨਫੋਰਮੇਸ਼ਨ ਦੇਣ ਵਾਸਤੇ ਵੀਡੀਓ ਬਣਾ ਰਹੇ ਹੋ, ਜ਼ਰਾ ਕਿਨੂੰ ਨਾ ਗੌਰ ਦੇ ਨਾਲ ਦੇਖਿਆ ਤੇ ਸੁਣਿਆ ਕਰੋ। ਬਈ ਸ਼ਹਿਜ਼ਾਦ ਨੇ ਸਾਡੇ ਕੋਲ ਸੈੱਡ ਮੰਗਾਇਆ ਵਾ ਆਪਣਾ ਤਲਵੰਡੀ ਅੱਡਾ ਵਾ ਕਸੂਰ ਵਾਲੀ ਸਾਈਡ ਤੇ। ਤੇ ਅੱਛਾ, ਉਹਨਾਂ ਨੇ 12 ਇੰਚ ਦਾ ਸੈੱਟ ਮੰਗਾਇਆ, ਪਹਿਲੇ 10 ਦੇ ਮੰਗਾ ਰਹੇ ਸੀ, ਲੇਕਿਨ ਇੱਕ ਪ੍ਰੋਬਲਮ ਆਉਂਦੀ, ਬਾਜ਼ ਕਰ ਸਾਨੂੰ ਦੁਕਾਨ ਦੇ ਉੱਪਰ ਫੇਸ ਆਈ ਕਰਨੀ ਪੈ ਜਾਂਦੀ, ਬਾਜ਼ ਕਰ ਕਸਟਮਰ ਕੋਲ ਜਾ ਕੇ ਵੀ ਇਹ ਕਸਟਮ ਆ ਜਾਂਦੀ ਪ੍ਰੋਬਲਮ, ਠੀਕ ਹੈ। ਅੱਛਾ, ਆਹ ਜਿਹੜੇ 12 ਇੰਚ ਦੇ ਸੀਵੀ ਦੇ ਸਪੀਕਰ ਹੁੰਦੇ ਨਾ, ਅਕਸਰ ਇਹਨਾਂ ਦੇ ਇੱਥੋਂ ਨਾ ਟਰਮੀਨਲ ਸ਼ਾਰਟ ਹੁੰਦੇ ਨੇ, ਜਿਹਦੀ ਵਜ੍ਹਾ ਤੋਂ ਟੇਪ ਖਰਾਬ ਹੋਣ ਦਾ ਇਸ਼ੂ ਆਉਂਦਾ ਵਾ ਜਾਂ ਆਵਾਜ਼ ਖਰਾਬ ਹੋਣ ਦਾ ਇਸ਼ੂ ਆਉਂਦਾ ਵਾ। ਤੇ ਇਹਨੂੰ ਸਹੀ ਕਰਨ ਦਾ ਤੁਹਾਨੂੰ ਤਰੀਕਾ ਦੱਸ ਦਿੰਦੇ ਹਾਂ, ਤਾਂ ਕਿ ਅਗਰ ਤੁਸੀਂ 12 ਇੰਚ ਦਾ ਸੈੱਟ ਮੰਗਾਉਂਦੇ, ਅਗਰ ਤੁਹਾਨੂੰ ਵੀ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਆ, ਤੇ ਤੁਸੀਂ ਈਜ਼ੀਲੀ ਆਪਣਾ ਸੈੱਟ ਕਰ ਸਕਦੇ ਹੋ। ਅੱਛਾ, ਆਹ ਇਹਦੇ ਟਰਮੀਨੇਟ ਹੁੰਦੇ ਨੇ, ਇਹਨੂੰ ਖੋਲ ਲੈਣਾ ਵਾ। ਠੀਕ ਆ, ਟਰਮੀਨੇਟ ਖੁੱਲ ਗਿਆ। ਆਹ ਜਿਹੜਾ ਨੱਟ ਲੱਗਿਆ ਹੁੰਦਾ ਨਾ ਜੀ, ਇਹਨੂੰ ਥੋੜਾ ਜਿਹਾ ਢਿੱਲਾ ਕਰਕੇ ਅੱਗੇ ਪਿੱਛੇ ਕਰਕੇ ਹਲਕਾ ਜਿਹਾ ਟਾਈਟ ਕਰ ਦੇਣਾ, ਠੀਕ ਹੈ, ਤਾਂ ਕਿ ਜਿੱਥੋਂ ਸ਼ਾਰਟ ਹੁੰਦਾ ਨਾ ਤੁਹਾਡੀ ਸ਼ਾਰਟਿੰਗ ਹਟ ਜਾਵੇ। ਦੂਸਰੇ ਸਾਈਡ ਨੂੰ ਇਸ ਤਰ੍ਹਾਂ ਕਰ ਦੇਣਾ, ਹਲਕਾ ਜਿਹਾ ਢਿੱਲਾ ਕਰ ਦੇਣਾ। ਢਿੱਲਾ ਕਰਨ ਨਾਲ ਇਹ ਆ ਕਿ ਜਿਹੜੀ ਸ਼ਾਰਟਿੰਗ ਹੈ ਉਹ ਹਟ ਜਾਏਗੀ, ਤੇ ਦੁਬਾਰਾ ਇਸੇ ਤਰ੍ਹਾਂ ਹੀ ਇਹਨਾਂ ਦੀ ਕੈਪਾਂ ਉੱਪਰ ਫਿੱਟ ਕਰ ਦੇਣੀ ਹੈ, ਜੋ ਅਕਸਰ ਸ਼ਾਰਟ ਹੁੰਦੇ ਨੇ। ਤੇ ਸਪੈਸ਼ਲੀ ਵੀਡੀਓ ਭਾਈ ਸ਼ਹਿਜ਼ਾਦ ਵਾਸਤੇ ਨੇ ਤਲਵੰਡੀ ਤੋਂ, ਤੇ ਬਕਾਇਆ ਤਮਾਮ ਦੋਸਤ ਵੀ ਇਹਦੇ ਤੋਂ ਫਾਇਦਾ ਉਠਾ ਸਕਦੇ ਨੇ। ਸ਼ੁਕਰੀਆ ਵੀਡੀਓ ਦੇਖਣ ਦਾ।